ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸ਼੍ਰੀ ਰਮੇਸ਼ ਤਾਂਗੜੀ ਹੁਣਾਂ ਨੇ ਆਪਣਾ ਸਾਰਾ ਜੀਵਨ ਸੱਚਾਈ ਦੇ ਰਸਤੇ ਤੇ ਚੱਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਅੱਜ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਮਿਹਨਤੀ ਹੈ, ਆਗਿਆਕਾਰੀ ਹੈ ਅਤੇ ਆਪਣੇ ਵੱਡਿਆਂ ਦੇ ਪਾਈ ਪੋਰਨੀਆਂ ਤੇ ਚੱਲ ਰਿਹਾ ਹੈ। ਸ਼੍ਰੀ ਰਮੇਸ਼ ਤਾਂਗੜੀ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਨੁਆਇੰਸ ਭਵਨ ਸ਼ਹੀਦ ਊਧਮ ਸਿੰਘ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਅਤਾਂ ਵੱਲੋਂ ਸ਼੍ਰੀ ਰਮੇਸ਼ ਤਾਂਗੜੀ ਜੀ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੇਸ਼ ਹੈ ਇਸ ਧਾਰਮਿਕ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ। ਉਹਨਾਂ ਦੇ ਜੀਵਨ ਦੀ ਸੱਚਾਈ ਨੂੰ ਵਰਣਨ ਕੀਤਾ
ਤੇ ਅੱਜ ਦੇ ਯੁੱਗ ਚ ਉਹਨੂੰ ਕਰਨ ਯੋਗੀ ਦਾ ਜੋ ਇੱਕ ਨਾਮ ਹੁੰਦਾ ਹੈ ਉਹਦੇ ਨਾਲ ਸਿਮਰਨ ਕਰਕੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿੰਨੇ ਵੀ ਸਾਹਸ ਲਿੱਤੇ ਚਾਹੇ ਉਹ ਆਪਣੇ ਪਰਿਵਾਰ ਦੇ ਵਿੱਚ ਰਹੇ ਪਰ ਸਮਾਜ ਔਰ ਧਰਮ ਦੇ ਨਾਲ ਜੁੜ ਕੇ ਉਹਨਾਂ ਨੇ ਇੱਕ ਅਨੋਖੀ ਛਾਪ ਸਮਾਜ ਦੇ ਵਿੱਚ ਛੱਡੀ ਹੈ। ਮੈਂ ਵੀ ਆਪਣੇ ਨਿੱਜੀ ਅਨੁਭਵ ਤੋਂ ਮਹਿਸੂਸ ਕਰਦਾ ਹਾਂ, ਉਹਨਾਂ ਨੂੰ ਮੈਂ ਜਿੰਨੀ ਵਾਰੀ ਮਿਲਿਆ ਕਿ ਜਿਹੜਾ ਇਨਸਾਨ ਕ੍ਰੋਧ ਦੇ ਵਿੱਚ ਵੀ ਉਹਨਾਂ ਦੇ ਸਾਹਮਣੇ ਆਉਂਦਾ ਅਤੇ ਉਹਨਾਂ ਦੇ ਖਿੜੇ ਚਿਹਰੇ ਨੂੰ ਅਤੇ ਉਹਨਾਂ ਦੇ ਆਪ ਆਪ ਨੂੰ ਦੇਖ ਕੇ ਉਹ ਖੁਦ ਬਖੁਦ ਸ਼ਾਂਤ ਹੋ ਕੇ ਉਹਨਾਂ ਨਾਲ ਗੱਲ ਕਰਦਾ ਸੀ, ਸ਼ਾਂਤ ਹੋ ਕੇ ਸਾਰੀ ਗੱਲ ਸੁਣਦਾ ਸੀ। ਐਸੀ ਸ਼ਖਸੀਅਤ ਦਾ ਜਾਣਾ ਪਰਿਵਾਰ ਦਾ ਤਾਂ ਘਾਟਾ ਹੈ ਅਤੇ ਸਮਾਜ ਦਾ ਵੀ ਬਹੁਤ ਬੜਾ ਘਾਟਾ ਹੈ। ਸਾਡੇ ਕੋਲੋਂ ਬਹੁਤ ਹੀ ਲੇਖ ਮਾਂ ਬਾਪ ਅਤੇ ਸਮਾਜ ਸੇਵੀ ਆਦਮੀ ਚਲਾ ਜਾਣਾ ਸਭ ਨੇ ਜੋ ਜੀਵ ਜਨਮ ਕਰਦਾ ਉਹਦਾ ਜਨਮ ਵੀ ਚਲਾ। ਲੇਕਿਨ ਮੈਂ ਸਮਝਦਾ ਮੇਰੀ ਬਹੁਤ ਪਿਆਰ ਸੀ, ਮਿੱਤਰ ਸੀਗੇ, ਸਾਰਾ ਪਰਿਵਾਰ ਦੇ ਵਿੱਚ। ਮੈਂ ਸਮਝਦਾ ਕਿ ਬਈ ਇਹ ਜਿਹੜਾ ਖੁਸ਼ੀ ਸ਼ਾਂਤ ਚਲੇ ਜਾ, ਸਾਰੇ ਆਪਣੇ ਕੰਮ ਕਰਕੇ ਚਲਾ ਜਾਣਾ ਇਹ ਖੁਸ਼ਕਿਸਮਤੀ ਹੈ। ਇਹ ਠੀਕ ਹੈ, ਪਰਿਵਾਰ ਨੂੰ ਬੜਾ ਵੱਡਾ ਸਲਾਮ ਮਿਲਿਆ, ਦੁੱਖ ਹੋਇਆ, ਲੇਕਿਨ ਦੁੱਖ ਜਿਹੜਾ ਹੈ ਸਾਹਿਬ ਪਰਮੇਸ਼ਵਰ ਨੂੰ ਜੋ ਦਿੱਤਾ ਉਹਨੂੰ ਬਰਦਾਸ਼ਤ ਕਰਨਾ ਅੱਗਾ ਹੈ, ਕਿਉਂਕਿ ਈਸ਼ਵਰ ਨੇ ਸਥਿਤੀ ਆਪੀ ਦਿੱਤੀ ਹੈ ਕਿ ਜੀਵ ਆਉਂਦਾ ਹੈ, ਆਪਣੇ ਸਾਰੇ ਕਰਮ ਕਰਦਾ ਹੈ ਔਰ ਨੇਕ ਕਰਮ ਕਰਦਾ। ਮੈਂ ਤਾਂ ਸਮਝਦਾ ਕਿ ਐਸਾ ਇਨਸਾਨ ਦ੍ਰਿਸ਼ਟੀ ਜੀਵਨ ਦੇ ਵਿੱਚ ਸਭ ਉੱਥੇ ਜੋ ਮੇਰੀ ਸੋਚ ਹੈ, ਕਿਉਂਕਿ ਆਪਣਾ ਜੀਵਨ ਸਵੱਛ ਰੱਖਿਆ, ਸੱਚ ਬੋਲਣਾ, ਹਰ ਗੁਣ ਸੀ ਉਹ। ਐਸਾ ਇਨਸਾਨ ਮੇਰੇ ਪਾਸ ਤੋਂ ਅਲਫਾਜ਼ ਹੀ ਨਹੀਂ ਕਿ ਮੈਂ ਕੈਸੇ ਉਸਕੀ ਤਾਰੀਫ ਕਰੂੰ। ਔਰ ਉਹ ਮੇਰੇ ਭਾਈ ਵੀ ਸੀ, ਮੇਰੇ ਗੁਰੂ ਭਾਈ ਵੀ ਸੀ ਔਰ ਮੇਰੇ ਗੁਰੂ ਵੀ ਸੀ। ਅਨੰਤ ਮਨ ਸਮਾਧੀ ਇਤਿਹਾਸ ਤੋਂ ਸੰਬੰਧਿਤ ਮੇਰੇ ਗੁਰੂ ਭਾਈ ਸੀ, ਉਹ ਮੇਰੇ ਬੜੇ ਭਾਈ ਵੀ ਸੀ ਔਰ ਮੇਰੇ ਗੁਰੂ ਵੀ ਸੀ, ਜਿਹਨਾਂ ਨੇ ਮੁੰਡੇ ਆਜ ਇਸ ਰੂਪ ਮੇ ਬਚਾਇਆ, ਉਸਦਾ ਨਾਮ ਰਮੇਸ਼ ਸਾਹਣੀ ਸੀ। ਮੈਂ ਫਕਰ ਤੇ ਰਹਿ ਕਹਿ ਸਕਦਾ ਉਸ ਬਾਤ ਕੋ ਕਿ ਉਸਦਾ ਨਾਮ ਰਮੇਸ਼ ਸਾਹਣੀ ਸੀ। ਆਜ ਮੈਂ ਜਿਨਕੀ ਬਜਾਵਤ ਖਾਤਾ ਹੂੰ, ਪੀਤਾ ਹੂੰ, ਆਪਣੇ ਘਰ ਗ੍ਰਹਿਸਤੀ ਕੋ ਚਲਾਤਾ ਹੂੰ, ਇਹ ਸਭ ਰਮੇਸ਼ ਚਾਂਡੀ ਕੀ ਬਜਾਵਤ ਹੈ। ਮੈਂ ਆਪਣੀ ਔਰ ਤੇ ਆਏ ਹੋਏ ਮਹਿਮਾਨੋ ਕਾ ਯਹਾਂ ਪੇ ਜਿਨ੍ਹੋਂ ਇਸ ਦੁਖੀ ਗੜੇ ਮੇ ਇਸ ਚਾਂਡੀ ਪਰਿਵਾਰ ਕਾ ਸਾਥ ਦਿਆ ਹੈ, ਚਾਂਡੀ ਪਰਿਵਾਰ ਹਮੇਸ਼ਾ ਆਪਕਾ ਰਹੀ ਰਹੇ। ਫਕਰ ਸੇ ਕਹਿ ਸਾਫ ਕਹਿ ਸਕਤਾ ਹੂੰ ਕਿ ਐਸੀ ਆਤਮਾ ਬਾਰ ਬਾਰ ਇਸ ਦੁਨੀਆ ਮੇ ਨਹੀਂ ਆ। ਔਰ ਇਨ ਦੇਸ਼ੋ ਸੇ ਮੈਂ ਯਹੀ ਪ੍ਰਾਰਥਨਾ ਕਰੂੰਗਾ ਕਿ ਬੇਟਾ ਇਨਕੋ ਸੱਚੀ ਸ਼ਰਧਾਂਜਲੀ ਦੇ ਹੈ ਕਿ ਆਪਣੀ ਮਾਤਾ ਦੀ ਸੇਵਾ ਕਰਨਾ, ਉਨਕੋ ਮੈਂ ਦੁੱਖ ਮੁਕਤ ਕਰਾਂ। ਧੰਨਵਾਦ।